ਅਸੀਂ ਇਦਾਂ ਰਾਈਜ਼ਿੰਗ ਸਟਾਰ ਤੇ ਸੀਗੇ ਵੀਰੇ ਗਏ ਰਾਈਜ਼ਿੰਗ ਸਟਾਰ ਕਲਰਸ ਟੀਵੀ ਤੇ ਕਲਰਸ ਟੀਵੀ ਤੇ ਦਲਜੀਤ ਭਾਈ ਇਦਾਂ ਲੰਘਿਆ ਨਾ ਜਦੋਂ ਕੋਲ ਦੀ ਤੇ ਵਾਸ਼ਰੂਮ ਜਾ ਕੇ ਆਇਆ ਸੀਗਾ ਉਹ ਤੇ ਮੁੜਦਾ ਹੋਇਆ ਆਉਂਦਾ ਤੇ ਉਹ ਮਿਲ ਕੇ ਗਿਆ ਵਧੀਆ ਢੰਗ ਨਾਲ ਸਾਰਿਆਂ ਨੂੰ ਬਹੁਤ ਘੈਂਟ ਲੱਗੀ ਮਤਲਬ ਉਹ ਚੀਜ਼ ਖੁਸ਼ੀ ਜੀ ਬਣ ਜਾਂਦੀ ਨਾ ਇੱਕ ਦਿਲ ਚ ਵੀ ਯਾਰ ਹਾਂ ਤੇ ਉਦੋਂ ਬਾਅਦ ਚ ਵੀ ਬਾਈ ਹੱਥ ਮਿਲਾ ਗਿਆ ਨਾ ਸਾਰਿਆਂ ਨੂੰ ਤੇ ਅਸੀਂ ਮੈਂ ਕਹਿੰਦਾ ਸ਼ਾਮ ਤੱਕ ਤਾਂ ਹੱਥ ਹੀ ਨੀ ਧੋਤੇ ਬਾਈ ਪਹਿਲਾਂ ਤਾਂ ਐਵੇਂ ਚੰਗਾ ਹੈ ਇਹੋ ਜੀ ਖੁਸ਼ੀ ਨਾਲੋਂ ਉਹ ਥੋੜੇ ਸਮੇਂ ਚ ਜਿਹੜੀ ਬਿਰਲਾਪ ਬਣ ਜੇ ਉਹ ਸ਼ੁੱਧ ਸੁਰਾਂ ਦੀ ਚੱਲ ਕੇ ਦਿਲ ਮੋਹ ਲੈਂਦੀ ਉਹ ਕਿਸੇ ਰਾਗ ਦਾ ਜਦੋਂ ਅਲਾਪ ਬਣ ਜੇ ਐਵੇਂ ਚੰਗਾ ਹੈ ਇਹੋ ਜੇ ਪੁੱਤ ਨਾਲੋਂ ਉਹ ਜਿਹੜਾ ਬਾਪ ਦੇ ਬਾਪ ਦਾ ਬਾਪ ਬਣ ਜੇ ਐਸੀ ਜ਼ਿੰਦਗੀ ਦੀ ਉਹ ਤੂਫਾਨ ਵੀ ਲੈ ਠੋਸ ਚਿੰਨ ਬਣ ਜੇ ਮੋਰ ਛਾਪ ਬਣ ਜੇ ਔਰਤ ਲਈ ਕੂਰ ਬਥੇਰੀ ਔਰਤ ਲਈ ਕੂਰ ਬਥੇਰੀ ਲੋੜ ਨਾ ਡੰਡੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ ਕੰਨ ਲਾ ਕੇ ਸੁਣ ਲੈ ਮਿੱਤਰਾ ਗੱਲ ਤੇਰੇ ਚੰਗੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ ਮੈਂ ਉਦੋਂ ਸਰੰਗੀ ਵਜਾਉਣ ਆਇਆ ਸੀਗਾ ਵੀਰੇ ਹੁਣਾਂ ਨਾਲ ਤੇ ਉੱਥੋਂ ਪੈਸੇ ਵੀ ਥੋੜੇ ਜਿਹੇ ਲੈਤੇ ਹੋਏ ਸੀਗੇ ਪੈਸੇ ਸਾਨੂੰ 200 ਆਇਆ ਸੀ ਬਾਅਦ ਚ ਤੇ ਇਹਨਾਂ ਨੂੰ 200 ਰੁਪਿਆ ਆਇਆ ਸਾਰਿਆਂ ਨੂੰ 230 ਰੁਪਏ ਇੱਕ ਜਣੇ ਨੂੰ ਆਇਆ ਕੀ ਗੱਲ ਆ ਤੁਸੀਂ ਖਾ ਕੇ ਆਉਂਗੇ ਤੇ ਮੈਂ ਉਹਦੀ ਰਾਤ ਨੂੰ ਵੰਡੇ ਭਾਈ ਸੜਕ ਤੇ ਖੜ ਕੇ ਕੀ ਹੁੰਦਾ ਸੀਗਾ ਸੜਕ ਤੇ ਖੜ ਕੇ ਦੋ ਦੋ ਇਹਨਾਂ ਨੇ ਵੰਡੇ ਹਨਾ ਤੇ ਸਾਨੂੰ ਆਇਆ 1500 ਰੁਪਏ ਤੇ ਕਿਉਂਕਿ ਮੈਂ ਸਰੰਗੀ ਵਜਾਉਣ ਆਇਆ ਸੀ ਮੈਂ ਤਾਂ ਐਜੇ ਮਤਲਬ ਇਹਨਾਂ ਨਾਲ ਉਹ ਗਿਆ ਮਿਊਜ਼ੀਸ਼ੀਅਨ ਗਿਆ ਸੀ ਮੈਂ ਹਾਂ ਤੇ ਉਦੋਂ ਬਾਅਦ ਸਾਰੇ ਬੈਠੇ ਤੇ ਉਹ ਕਹਿੰਦੇ ਵੀ ਉਹ ਵੀਰੇ ਹੁਣੇ ਵੀ ਅਲੱਗ ਹੋ ਗਏ ਕਹਿੰਦੇ ਬਸ ਵੀ ਆਪਣਾ ਪਹਿਲਾਂ ਤੇ ਆਖਰੀ ਪ੍ਰੋਗਰਾਮ ਹੀ ਹੈ ਜਦੋਂ ਬਚੇ ਹੀ ਨਹੀਂ ਕੁਛ ਹਨਾ ਕੁਛ ਬਚਦਾ ਹੀ ਨਹੀਂ ਹੈਗਾ ਵੀ ਆਖਰੀ ਹੈ ਕਈਆਂ ਨੂੰ ਬਾਪੂ ਮਿਲਿਆ ਨਹੀਂ ਕਈ ਘਰ ਮਾਮਾ ਬਿਨ ਸੁਣੇ ਨੇ ਕਈਆਂ ਦੇ ਵੇੜੇ ਲਾਲ ਖੇਡਣ ਕਈ ਘਰ ਤੀਆਂ ਦੇ ਜੁੰਮੇ ਨੇ ਕਈਆਂ ਨੂੰ ਬਾਪੂ ਮਿਲਿਆ ਨਹੀਂ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਹੀ ਰਿਹਾ ਹੋਣਾ ਵੀ ਅੱਜ ਤੁਹਾਨੂੰ ਕਿਹਨਾਂ ਨਾਲ ਮਿਲਾਉਣ ਜਾ ਰਿਹਾ ਪੰਜਾਬ ਦੇ ਨਹੀਂ ਇਸ ਦੇਸ਼ ਦੀ ਸ਼ਾਨ ਨੇ ਰੰਗਲੇ ਸਰਦਾਰ ਮੈਂ ਤੁਹਾਡਾ ਆਪਣਾ ਛੋਟਾ ਵੀਰ ਸੁੱਖ ਗੁੱਲੇ ਵਾਲੀ ਆ ਅਤੇ ਅੱਜ ਤੁਹਾਨੂੰ ਰੰਗਲੇ ਸਰਦਾਰਾਂ ਨਾਲ ਮਿਲਾਉਂਦੇ ਹਾਂ ਜਿਹੜੇ ਪੂਰੇ ਪੰਜਾਬ ਇੰਡੀਆ ਦੇ ਲੈਵਲ 'ਤੇ ਜਿਹਨੂੰ ਤੁਸੀਂ ਹਿੰਦੀ ਚੈਨਲ ਦੇ ਉੱਪਰ ਵੀ ਦੇਖਿਆ ਹੋਏਗਾ ਆ ਜਾਓ ਉਹਨਾਂ ਦੇ ਰੰਗ ਉਹਨਾਂ ਦੇ ਰੰਗਾਂ ਦੇ ਵਿੱਚ ਰੰਗਦੇ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਸਭ ਰੋਵੇ ਕੀ ਹਾਲ ਆ ਬਹੁਤ ਵਧੀਆ ਬਹੁਤ ਵਧੀਆ ਆਰਮੇ ਕੀ ਚੜ੍ਹਦੀ ਗੱਲ ਵੀਰੇ ਚੜ੍ਹਦੀ ਗੱਲ ਤੁਸੀਂ ਦੱਸੋ ਬਾਈ ਵਧੀਆ ਜੀ ਮਨਿੰਦਰ ਬਾਈ ਵਧੀਆ ਬਾਈ ਵਧੀਆ ਹੋਰ ਬੰਦੇ ਵਿੱਚੋਂ ਮਤਲਬ ਇੱਕ ਅਰਸ਼ ਹੈ ਨਹੀਂ ਨਾ ਆਪਣੇ ਜੀ ਹਾਂਜੀ ਬਾਈ ਹੋਰ ਬਾਈ ਕਿੱਦਾਂ ਆਪਣਾ ਗਰੁੱਪ ਕਾਫੀ ਮਸ਼ਹੂਰ ਆ ਨਾ ਪੰਜਾਬ 'ਚ ਹਾਂਜੀ ਬਾਈ ਇਹ ਕਿਵੇਂ ਸਬੱਬ ਬਣਿਆ ਵੀ ਯਾਰ ਇਕੱਠੇ ਹੋ ਗਏ ਦੂਰੋਂ ਦੂਰੋਂ ਇਹ ਕਿਵੇਂ ਸਬੱਬ ਬਣ ਗਿਆ ਇਕੱਠੇ ਤਾਂ ਬਾਈ ਅਸੀਂ ਯੂਥ ਫੈਸਟੀਵਲ 'ਚ ਹੋਏ ਸੀਗੇ 2000 ਮੇਲਾ ਦਾ 14-15 ਦੀ ਗੱਲ ਹੋਣੀ ਆ ਤੇ ਉਦੋਂ ਅਸੀਂ ਇਕੱਠੇ ਹੋਏ ਸੀਗੇ ਸਾਰੇ ਜਾਣੇ ਯੂਥ ਫੈਸਟੀਵਲ ਵਾਲੇ ਇਕੱਠੇ ਹੁੰਦੇ ਆ ਜਿਵੇਂ ਤੁਹਾਡਾ ਪਿੰਡ ਦਾ ਆਲਮਾਲਾ ਹਾਂਜੀ ਆਲਮਾਲਾ ਤੇ ਬਾਈ ਜੀ ਦਾ ਨਾਲ ਹੀ ਤੇ ਮੇਰਾ ਗੋਸਲਾ ਵੀਰੇ ਲੁਧਿਆਣਾ ਡਿਸਟ੍ਰਿਕਟ ਆ ਤੁਸੀਂ ਦੂਰੋਂ ਆਏ ਨੇ ਥੋੜਾ 100 ਕਿਲੋਮੀਟਰ ਪੈ ਜਾਂਦਾ ਮੈਨੂੰ ਵੀਰੇ ਮਲੇਲਕੋਟਲੇ ਚੋਂ ਹਾਂਜੀ ਤੇ ਮੈਂ ਬਾਗੇਪੁਰਾਣੇ ਤੋਂ ਖਾਸ ਨਹੀਂ ਮਤਲਬ ਤੁਸੀਂ ਨੇੜੇ ਨੇੜੇ ਦੇ ਆ ਗਏ ਅਰਸ਼ ਵੀ ਬਾਗੇਪੁਰਾਣੇ ਦਾ ਸੀਗਾ ਹਾਂ ਉਹ ਵੀ ਮਤਲਬ ਗਰੁੱਪ ਤੁਹਾਡਾ ਨੇੜੇ ਨੇੜੇ ਦਾ ਬਾਈ ਦੂਰੋਂ ਸਾਰਗੀ ਵੀ ਜਾਂਦਾ ਆ ਹਾਂਜੀ ਬਾਈ ਠੀਕ ਆ ਬਾਈ ਤੁਹਾਡੀ ਸਾਰੰਗੀ ਪਿੱਛੇ ਬਹੁਤ ਵੱਡੀ ਕਹਾਣੀ ਆ ਵੀ ਤੁਸੀਂ ਸਾਰੰਗੀ ਜਿਹੜੀ ਜਿਵੇਂ ਤੁਸੀਂ ਦੂਰੋਂ ਕਹਿਤਾ ਆਪਾਂ ਹਨਾ ਹਾਂਜੀ ਵੀਰੇ ਵੀ ਤੁਸੀਂ ਦੂਰ ਹੀ ਤੁਰ ਕੇ ਸਿੱਖੀ ਆ ਉਹ ਕੀ ਕਹਾਣੀ ਸੀ ਉਹ ਇਦਾਂ ਸੀਗਾ ਵੀਰੇ ਮੈਨੂੰ ਲਗਾ ਸੀਗਾ ਬਚਪਨ ਤੋਂ ਮੇਲੇ ਤੋਂ ਨਾ ਛੋਟੀ ਜੀ ਤੂੰਬੀ ਮਿਲਦੀ ਹੁੰਦੀ ਸੀ ਇੱਕ ਉਹ ਗੱਜ ਨਾਲ ਵਜਾਉਂਦੇ ਹੁੰਦੇ ਜਿਹੜੀ ਛੋਟਾ ਜਿਹਾ ਉਹ ਤੇ ਮੈਂ ਗਾਣੇ ਗੁਣੇ ਵਜਾ ਲੈਂਦਾ ਹੁੰਦਾ ਸੀਗਾ ਤੇ ਫਿਰ ਸਾਡੇ ਮੈਡਮ ਸੀਗੇ ਹਰਿੰਦਰ ਮੈਡਮ ਤੇ ਉਹ ਮੈਨੂੰ ਬੜਾ ਪਿਆਰ ਕਰਦੇ ਸੀ ਉਹਨਾਂ ਕੋਲ ਪੜ੍ਹਿਆ ਮੈਂ ਤੇ ਉਹਨਾਂ ਨੇ ਮੈਨੂੰ ਸਰੰਗੀ ਲੈ ਕੇ ਦਿੱਤੀ ਫਿਰ ਵੀ ਤੂੰ ਸਰੰਗੀ ਸਿੱਖ ਸਕੂਲ 'ਚ ਗਾਉਂਦਾ ਵੀ ਹੁੰਦਾ ਸੀਗਾ ਮੈਂ ਤੇ ਫਿਰ ਇੱਦਾਂ ਹੀ ਲਗਾ ਬਣ ਗਿਆ ਮੇਰੇ ਉਸਤਾਦ ਜੀ ਬਾਬਾ ਸੋਹਣ ਸਿੰਘ ਜੀ ਮੇਰੀ ਸਟਾਰਟਿੰਗ ਤਬਲੇ ਤੋਂ ਹੋਈ ਆ
ਸਰੰਗੀ ਮੇਰੀ ਘੱਟੋ ਘੱਟ 5 ਸਾਲ ਪਈ ਰਹੀ ਹੈ ਇੱਦਾਂ ਪੇਟੀ 'ਚ, ਮੈਂ ਕੱਢ ਲੈਂਦਾ ਸੀਗਾ ਦੇਖ ਕੇ ਫਿਰ ਵਿੱਚ ਰੱਖ ਦਿੰਦਾ ਸੀਗਾ ਵੀ ਕੋਈ ਇੱਦਾਂ ਸੀਗਾ ਮੈਨੂੰ ਵੀ ਜੇ ਸਿੱਖਣਾ ਕਿਸੇ ਵਧੀਆ ਬੰਦੇ ਤੋਂ ਹੀ ਸਿੱਖਣਾ ਵੀ ਜਿਹਦਾ ਕੋਈ ਨਾਂ ਹੋਵੇ ਵਧੀਆ ਵੀ ਮੈਨੂੰ ਪਤਾ ਕਵੇ ਅਗਲਾ ਵੀ ਹਾਂ ਫਲਾਣੇ ਬੰਦੇ ਤੋਂ ਸਿੱਖਿਆ ਨਾ ਸਰੰਗੀ। ਅਤੇ ਫਿਰ ਮੇਰੇ ਤਬਲੇ ਤੋਂ ਸਟਾਰਟਿੰਗ ਸੀਗੀ, ਫਿਰ ਹੌਲੀ ਹੌਲੀ ਕੁਲਵੰਤ ਸਿੰਘ ਘੁੰਮਣ ਜੀ ਆ ਪੈਲ ਤੋਂ ਸਾਡੇ, ਅਤੇ ਉਹ ਇੱਦਾਂ ਹੀ ਮੈਂ ਹੁੰਦਾ ਨਾ 26 ਜਨਵਰੀ ਦਾ ਪ੍ਰੋਗਰਾਮ ਹੁੰਦਾ ਉੱਥੇ ਗਾਉਣ ਗਏ, ਉਹ ਕਹਿੰਦੇ ਵੀ ਤੂੰ ਸਰੰਗੀ ਸਿੱਖਣੀ ਚਾਹੀਦੀ ਹੈ ਮੁੰਡਿਆਂ ਤੈਨੂੰ, ਅਤੇ ਮੈਂ ਕਿਹਾ ਜੀ ਮੈਨੂੰ ਵੀ ਬਸ ਐਂ ਬਹਾਨਾ ਹੀ ਚਾਹੀਦਾ ਸੀਗਾ, ਅਤੇ ਮੈਂ ਕਿਹਾ ਜੀ ਸਰੰਗੀ ਤਾਂ ਮੇਰੇ ਕੋਲ ਹੈਗੀ ਆ ਵੀ ਮੈਂ ਵੀ ਬਸ ਐਂ ਲੱਭਦਾ ਸੀ ਕੋਈ ਉਵੇਂ ਦਾ ਉਸਤਾਦ ਮਿਲੇ ਹੈ ਨਾ। ਅਤੇ ਫਿਰ ਉਹਨਾਂ ਨੇ ਮੈਨੂੰ ਬੜੀ ਰੀਝ ਨਾਲ ਸਿਖਾਈ ਹੈ ਮੇਰੇ ਸਰੰਗੀ, ਬਹੁਤ ਜ਼ਿਆਦਾ ਰੀਝ ਨਾਲ। ਮੈਂ ਥੋੜ੍ਹੇ ਸਮੇਂ 'ਚ ਹੀ ਮੈਨੂੰ ਲੱਗਦਾ ਮੈਂ 15 ਦਿਨਾਂ 'ਚ ਸਟੇਜ 'ਤੇ ਭੈਣ ਉਹਨਾਂ ਨੂੰ ਵਜਾਉਣ ਲੱਗ ਗਿਆ ਸੀ, ਢਾਡੀ ਇਸ ਨਾਲ ਜਾਂਦੇ ਹੁੰਦੇ ਸੀ। ਤੁਸੀਂ ਬਾਈ ਉਹਨਾਂ ਨੂੰ ਵਜਾਉਂਦੇ ਵੀ ਰੀਝ ਨਾਲ ਹੀ ਆ। ਹਾਂਜੀ। ਅਤੇ ਸਬਰ ਬਾਈ ਗੱਲ ਆਪਣੇ 'ਤੇ ਆਈਏ, ਫਿਰ ਆਪਾਂ ਗੀਤ ਨਾਲ ਦੇ ਨਾਲ ਗੀਤ ਸੁਣਦੇ ਜਾਵਾਂਗੇ। ਸਾਰੇ ਗੀਤ ਤੁਹਾਡੇ ਲਿਖੇ ਹੁੰਦੇ ਆ, ਕੁਝ ਗੀਤ ਪਾਸੋਂ ਵੀ ਲਿਖੇ ਹੁੰਦੇ ਆ। ਤੁਸੀਂ ਮਾੜਾ ਲਾਊਡਲੀ ਬੋਲੋ ਜੀ ਬਾਈ ਦੇ ਮਾਈਕ ਲੱਗਾ ਹੋਇਆ। ਅਤੇ ਗੀਤਾਂ ਦੇ ਵਿੱਚ ਆਉਣ ਦਾ ਸਬੱਬ ਕਿੱਦਾਂ ਬਣਿਆ ਲਿਖਾਰੀ ਦੇ ਤੇਰੇ ਪਾਸੇ? ਸਬੱਬ ਬਾਈ ਜੀ, ਪਹਿਲਾਂ ਗਾਣੇ ਲਿਖਦਾ ਹੀ ਹੁੰਦਾ ਸੀ ਬਾਈ ਜੀ ਮੈਂ। ਮੈਂ 8ਵੀਂ 'ਚ ਮੇਰਾ ਨਾਲ ਮੇਰਾ ਮਿੱਤਰ ਹੁੰਦਾ ਸੀ ਗੁਰਜੀਤ, ਉਹ ਲਿਖਦਾ ਹੁੰਦਾ ਸੀ ਨੱਥੋ ਕਹਿੰਦਾ ਵੀਰਾ ਹੁਣ ਬਾਹਰ ਆ ਗਿਆ। ਠੀਕ ਹੈ। ਇਕੱਠੇ ਹੁੰਦੇ ਸੀ ਅਸੀਂ, ਤੁਕਬੰਦੀ ਕਰੀ ਜਾਣੀ, ਹੌਲੀ ਹੌਲੀ ਇੱਦਾਂ ਹੀ ਵੱਧਦੇ ਗਏ ਬਾਈ। ਗਾਉਣ ਦਾ ਸ਼ੌਂਕ ਤਾਂ ਮੈਨੂੰ ਜਦੋਂ ਅਸੀਂ ਇਕੱਠੇ 'ਚ ਹੋਏ ਹਾਂ ਉਦੋਂ ਹੋਇਆ ਪਿਆ, ਮੈਨੂੰ ਐਂ ਸੀਗਾ ਲਿਖਦੇ ਤਾਂ ਹੈਗੇ ਹੀ ਆ ਨਾਲ ਗਾ ਵੀ ਲਿਆ ਕਰਾਂਗੇ ਵਧੀਆ ਗੱਲ। ਮਨਿੰਦਰ ਪਹਿਲਾਂ ਸਿੱਖਦਾ ਹੁੰਦਾ ਸੀਗਾ, ਫਿਰ ਨਾਲ ਮੈਂ ਵੀ ਸਿੱਖਣ ਲੱਗ ਗਿਆ। ਕਿਹੜਾ ਸਾਹਿਤਕ ਟੱਚ ਸਭ ਤੋਂ ਵਧੀਆ ਲੱਗਦਾ ਵੀ ਬਾਬੂ ਰਾਜਬਲੀ ਜਾਂ ਸ਼ਿਵ ਕੁਮਾਰ ਬਟਾਲਵੀ ਦਾ, ਜਾਂ ਨਵਿਆਂ ਦੇ ਵਿੱਚੋਂ ਕਿਹੜਾ ਸਾਹਿਤਕਾਰ ਜਾਂ ਗੀਤਕਾਰ ਵਧੀਆ ਲੱਗਦਾ? ਮੈਂ ਵੈਸੇ ਵੀਰੇ ਜ਼ਿਆਦਾ ਪੜ੍ਹਦਾ ਨਹੀਂ, ਪਰ ਮੈਂ ਜੇ ਪੜ੍ਹਿਆ ਤਾਂ ਮੈਂ ਬਾਬੂ ਰਾਜਬਲੀ ਖਾਂ ਹੋਣਾ ਜੀ ਨੂੰ ਪੜ੍ਹਿਆ ਜੀ, ਜਾਂ ਸੰਤ ਰਾਮਦਾਸ ਜੀ ਹੋਣਾ ਜੀ ਜ਼ਿਆਦਾ ਨਹੀਂ। ਬਾਈ ਜੱਸੇ ਦੇ ਆ ਜਾਈਏ, ਅਤੇ ਜੱਸਾ ਬਾਈ ਹਾਰਮੋਨੀਅਮ ਬੁਲਾਉਂਦਾ, ਮੈਂ ਅਕਸਰ ਇੱਕ ਦੋ ਇੰਟਰਵਿਊ ਦੇਖਿਆ ਬਾਈ ਜੱਸੇ ਤੋਂ ਘੱਟ ਪੁੱਛਿਆ ਜਾਂਦਾ ਬਾਈ, ਜਾਂ ਜੱਸਾ ਘੱਟ ਬੋਲਦਾ ਮੇਰੇ ਖਿਆਲ ਨਾਲ। ਜੱਸੇ ਬਾਈ ਇੰਟਰਵਿਊ 'ਚ ਘੱਟ ਬੋਲਦਾ, ਹੁਣ ਬਹੁਤ ਬੋਲਦਾ ਹੁਣ ਤਾਂ ਬਾਈ। ਜੱਸੇ ਹਾਰਮੋਨੀਅਮ ਦੇ ਨਾਲ ਪਿਆਰ ਆ ਬਾਈ ਉਹਨਾਂ ਦੇ ਨਾਲ, ਸਾਰਾ ਕੰਪੋਜ਼ ਦੇ ਨਾਲ ਨਾਲ ਤੁਸੀਂ ਕਰਦੇ ਆ, ਇਧਰਲੇ ਪਾਸੇ ਹਾਰਮੋਨੀਅਮ ਵਾਲੇ ਸਾਈਡ ਕਦੋਂ ਆਏ? ਮੇਰਾ ਵੀ ਬਾਈ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਸੀਗਾ ਲਗਾਅ, ਵੀ ਸਾਰਿਆਂ ਦੇ ਮਨਾਂ 'ਚ ਪਹਿਲਾਂ ਹੀ ਜਿੱਦਾਂ ਹੁੰਦਾ ਨਾ, ਸ਼ੁਰੂ ਤੋਂ ਹੀ ਕਿਸੇ ਚੀਜ਼ ਨੂੰ ਸਿੱਖਣ ਦਾ ਜਾਂ ਹੈ ਨਾ ਪਲੇ ਕਰਨ ਦਾ, ਕਿਸੇ ਦੇ ਕੋਈ ਵੀ ਖਿਡਾਰੀ ਆ ਜੇ ਉਹਨੇ ਖੇਡਣਾ ਤਾਂ ਉੱਦਾਂ ਉੱਧਰ ਨੂੰ ਲਗਾਓ ਜ਼ਿਆਦਾ ਹੋਊਗਾ। ਤਾਂ ਮੇਰਾ ਸ਼ੁਰੂ ਤੋਂ ਜਾਣੀ ਘਰਦਿਆਂ ਨੇ ਛੋਟੇ ਹੁੰਦੇ ਨੂੰ ਹਰਮੋਨੀਅਮ ਲਿਆਤਾ ਜੀ, ਕੁੱਕਰ ਹੋਣੀ ਹੱਸਣਗੇ ਸਾਰੀਆਂ ਇੰਟਰਵਿਊ 'ਚ ਮੈਂ ਇਹੀ ਸਟੋਰੀ ਦੱਸ ਦਿੰਦਾ। ਅਤੇ ਬਸ ਘਰੇ ਬੈਠਾ ਸੀਗਾ, ਪਲੇ ਕਰਦਾ ਰਹਿੰਦਾ ਸੀਗਾ, ਮਾੜਾ ਮੋਟਾ ਹੱਥ ਮਾਰਦਾ ਰਹਿੰਦਾ ਸੀਗਾ, ਵਜਾਉਣਾ ਤਾਂ ਆਉਂਦਾ ਨਹੀਂ ਸੀਗਾ। ਅਤੇ ਬਸ ਇੱਕ ਬੰਦਾ ਫਿਰ ਆਇਆ, ਉਹ ਸਰਗਮ ਦੱਸ ਗਿਆ ਵੀ ਇੱਥੋਂ ਐਂ ਨਿਕਲਣੀ ਆ, ਮੈਂ ਉਹ ਪੰਗੇ ਲੈਂਦਾ ਲੈਂਦਾ। ਅਤੇ ਬਾਅਦ 'ਚੋਂ ਜਦੋਂ ਮੈਂ 6ਵੀਂ 7ਵੀਂ 'ਚ ਹੋਇਆ, ਹੈੱਡਫੋਨ ਲਾ ਕੇ ਕਮਰਾ ਬੰਦ ਕਰਕੇ ਬੈਠ ਜਾਂਦਾ, 6-6 ਘੰਟੇ ਮੈਂ ਗਾਣਿਆਂ ਦਾ ਟੂਨਾ ਮਿਲਾਉਂਦਾ ਰਹਿੰਦਾ ਸੀਗਾ, ਉਹਦੇ ਨਾਲ ਬਸ ਸੁਣਦਾ ਗਿਆਨ ਹੋ ਗਿਆ ਉਹਦੀ ਪ੍ਰੈਕਟਿਸ, ਨੱਕ ਨਾਲੀ ਟੂਨ ਤੱਕ ਪੁੱਜ ਗਏ ਮੈਂ ਕਹਿੰਦਾ ਪੂਰੀ ਜੀ। ਅਤੇ ਬਾਈ ਮਨਿੰਦਰ 'ਤੇ ਆਈਏ ਬਾਈ 'ਤੇ, ਅਤੇ ਬਾਈ ਬੇਟੇ ਦੇ ਨਾਲ ਬਹੁਤ ਮਸ਼ਹੂਰ ਆ, ਅਤੇ ਬਾਈ ਜਦੋਂ ਵੀ ਵੇਖੀਏ ਬਾਈ ਆਗਾਜ਼ ਵੀ ਕਰਦਾ ਗਾਉਣ ਲੱਗਿਆ ਹੈ ਨਾ, ਇਹ ਪਿਆਰ ਆ ਸਾਰੇ ਗਰੁੱਪ ਦਾ ਭਰਾਵਾਂ ਦਾ ਹੈ ਨਾ। ਬਾਈ ਮਨਿੰਦਰ ਕਿਵੇਂ ਲੱਗਦਾ ਤੁਹਾਨੂੰ ਆਗਾਜ਼ ਕਰਕੇ ਗਾਉਣ ਦੇ ਵਿੱਚ? ਸਭ ਤੋਂ ਪਹਿਲਾਂ ਤੁਹਾਡੀ ਸ਼ੁਰੂਆਤ ਦੱਸੋ ਕਿਦੋਂ ਹੋਈ? ਸ਼ੁਰੂਆਤ ਤਾਂ ਵੀਰੇ 2012 ਦੇ ਆਸ ਪਾਸ ਹੋਈ ਸੀਗੀ, ਮਤਲਬ ਪਲੱਸ ਟੂ ਸੀਗਾ ਮੈਂ ਉਦੋਂ, ਉਦੋਂ ਬਾਅਦ ਥੋੜ੍ਹਾ ਜਿਹਾ ਮੈਨੂੰ ਲੱਗਿਆ ਮੈਂ ਜੇ ਕਾਲਜ ਚਲਿਆ ਗਿਆ, ਕਾਲਜ ਤੋਂ ਬਾਅਦ ਮੈਨੂੰ ਲੱਗਿਆ ਵੀ ਸਿੱਖਣਾ ਚਾਹੀਦਾ, ਫਿਰ ਮੈਂ ਸਿੱਖਣਾ ਸ਼ੁਰੂ ਕਰਤਾ ਉਸਤਾਦ ਬਾਬਾ ਜੋਰਾ ਸਿੰਘ ਜੀ ਧਰਮਕੋਟ ਤੋਂ, ਉਹਨਾਂ ਕੋਲੋਂ ਸਿੱਖਣਾ ਸ਼ੁਰੂ ਕੀਤਾ। ਅਤੇ ਫਿਰ ਹੌਲੀ ਹੌਲੀ ਅਸੀਂ ਸਾਰੇ ਇਕੱਠੇ ਹੋ ਗਏ, 2016-17 'ਚ ਅਸੀਂ ਵੀਡੀਓ ਪਾਈ ਆ ਇੱਕ, ਅਤੇ ਫਿਰ ਉਹ ਵੀਡੀਓ ਇੰਨੀ ਹੋ ਗਈ ਵਾਇਰਲ ਭੈਣ ਨਾਨਕੀ ਵਾਲੀ ਸੀਗੀ, ਅਤੇ ਹਾਂ ਹਾਂ ਅਤੇ ਫਿਰ ਉਹ ਬਾਬੇ ਨਾਨਕ ਨੇ ਕਿਰਪਾ ਕੀਤੀ, ਅਤੇ ਫਿਰ ਸਾਰੇ ਹੁਣ ਅੱਜ ਸ਼ੋਜ਼ ਵੀ ਕਰਦੇ ਹਾਂ ਬਾਈ। ਆਪਾਂ ਪਹਿਲਾ ਸੌਂਗ ਹੀ ਉਹ ਸੁਣਦੇ ਹਾਂ, ਜ਼ਰੂਰ ਜ਼ਰੂਰ ਬਾਈ, ਸ਼ੁਰੂਆਤ ਕਰੀਏ। ਪੁੱਛਦੀ ਭੈਣ ਨਾਨਕ ਆਪਣੇ ਨਾਨਕ ਵੀਰ ਨੂੰ, ਪੁੱਛਦੀ ਭੈਣ ਨਾਨਕ ਆਪਣੇ ਨਾਨਕ ਵੀਰ ਨੂੰ, ਆਪਣੇ ਨਾਨਕ ਵੀਰ ਨੂੰ, ਕਿਹੜੀ ਗੱਲੋਂ ਵੀਰਾ ਪਗਮਾ ਜੋੜਾ ਪਾਇਆ, ਆਪਣਾ ਭੈਣ ਪਰਾਵਾਂ ਦਾ ਆਪ
बापू मिलिया नहीं कई घर मामा बिन सुने ने कईयां दे बेड़े लाल खेडन कई घर तियां दे जुम्मे ने कईयां नू बापू मिलिया नहीं कई घर मामा बिन सुने ने कईयां दे बेड़े लाल खेडन कई घर तियां दे कौन किसे दा खांदा है ता आपो अपने कर्म हुंदे ने कौन किसे दा खांदा है ता आपो अपने कर्म हुंदे ने कौन किसे दा खांदा है ता आपो अपने कर्म हुंदे ने कर लो यान कर लो सिदक ना छड़ो हाल डालो जो मुझे मन ढंग दे लो ते कद लो कद ब्याह कर लो
ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਗਾਣਾ ਮਕਬੂਲ ਹੋ ਗਿਆ ਹਿੱਟ ਹੋ ਗਏ ਬਿਲਕੁਲ ਤੇ ਸ਼ੋਅ ਵੀ ਮਿਲਣ ਲੱਗ ਪਿਆ ਨਾ ਫਿਰ ਮੇਲਾ ਦਾ ਵੀ ਪੰਜਾਬ ਦੇ ਮੈਂ ਸਟੋਰੀਆਂ ਦੇਖਦਾ ਰਹਿਣਾ ਅਕਸਰ ਤੁਸੀਂ ਹਰ ਦਿਨ ਬੀਜੀ ਚੱਲਿਆ ਹਰ ਦਿਨ ਬੀਜੀ ਚੱਲ ਵੀ ਰਿਹਾ ਹਨਾ ਤੇ ਸਭ ਤੋਂ ਵਧੀਆ ਅਚੀਵਮੈਂਟ ਕਿਹੜੀ ਮੰਨਦੇ ਯਾਰ ਵੀ ਆਹ ਚੀਜ਼ ਦੀ ਅਚੀਵਮੈਂਟ ਕੀਤੀ ਸ਼ੋਅ ਤਾਂ ਲੱਗਦੇ ਰਹੇ ਵੀ ਇੱਥੇ ਗਏ ਤੇ ਵਧੀਆ ਫੀਲ ਆਇਆ ਇੱਕ ਸਾਡਾ ਸੀਗਾ ਸਾਰਿਆਂ ਨੂੰ ਵੱਡਾ ਜਿਹੜਾ ਮੈਨੂੰ ਲੱਗਿਆ ਨਾ ਤੇ ਕਹਿੰਦਾ ਨਾ ਆਪਾਂ ਕਿਸੇ ਬੰਦੇ ਨੂੰ ਸੁਣਦੇ ਹਾਂ ਦਲਜੀਤ ਵੀਰੇ ਨੂੰ ਸਾਰੀ ਸੁਣਦੇ ਹੀ ਆ ਤਕਰੀਬਨ ਸਾਰੀ ਹਨਾ ਤੇ ਉਹ ਮੈਨੂੰ ਏਦਾਂ ਸੀਗਾ ਵੀ ਚਾਹਨਾ ਜੀ ਨੀ ਹੁੰਦੀ ਬੰਦੇ ਨੂੰ ਵੀ ਇਹ ਬੰਦੇ ਨੂੰ ਮਿਲਣਾ ਯਾਰ ਵੀ ਇਹ ਬ੍ਰਾਂਡ ਆ ਬੰਦਾ ਹਨਾ ਇੱਕ ਗਾਉਂਦਾ ਵੀ ਸੋਹਣਾ ਵੀਰਾ ਹਨਾ ਬਹੁਤ ਘੈਂਟ ਗਾਉਂਦਾ ਹਾਂ ਜਿਹੜੇ ਮਤਲਬ ਜੀ ਨਵੇਂ ਮੁੰਡੇ ਚੋਂ ਵੀ ਲਾ ਲਿਓ ਤਾਂ ਪੁਰਾਣੇ ਹੀ ਆ ਵੀ ਫੋਨ ਵਾਲਿਆਂ ਚੋਂ ਵੀ ਹਿੱਟ ਹੀ ਆ ਸਾਰਿਆਂ ਨਾਲੋਂ ਵੱਧ ਹਨਾ ਤੇ ਅਸੀਂ ਏਦਾਂ ਰਾਈਜ਼ਿੰਗ ਸਟਾਰ ਤੇ ਸੀਗੇ ਵੀਰੇ ਗਏ ਰਾਈਜ਼ਿੰਗ ਸਟਾਰ ਕਲਰ ਟੀਵੀ ਤੇ ਤੇ ਅਸੀਂ ਨਾ ਏਦਾਂ ਹੀ ਸਾਰੇ ਬੈਠੇ ਸੀ ਸਾਡੇ ਨਾਲ ਤਾਂ ਸਾਰੇ ਘੈਂਟ ਗਾਉਣ ਵਾਲੇ ਸੀਗੇ ਕਲਾਸੀਕਲ ਗਾਉਣ ਵਾਲੇ ਸੀ ਹਨਾ ਤੇ ਸਾਡੇ ਤਾਂ ਉੱਪਰ ਦੀ ਵੀ ਲੰਘ ਜਾਂਦੀ ਸੀ ਕਈ ਗੱਲਾਂ ਸਾਨੂੰ ਤਾਂ ਉਹਨਾਂ ਨੇ ਕਹਿਣਾ ਆਹ ਗਾਣਾ ਯਾਦ ਕਰ ਲਓ ਕਦੇ ਆਹ ਕਰ ਲਓ ਤੇ ਸਾਡਾ ਤਾਂ ਉਹਨਾਂ ਨੇ ਸ਼ੂਟ ਵੀ ਕੀਤਾ ਜਦੋਂ ਫਾਈਨਲ ਸਾਨੂੰ ਉਹ ਵੀ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਕਰ ਲਿਆ ਅਸੀਂ ਐਂ ਗਾਉਂਦੇ ਸੀ ਕਰ ਲਿਆ ਸਾਨੂੰ ਕਹਿੰਦੇ ਅਸੀਂ ਵੀ ਗਵਾਉਣਾ ਅਸੀਂ ਕਿ ਗਵਾਉਣਾ ਕਦੋਂ ਕਹਿੰਦੇ ਗਵਾ ਲਿਆ ਬਸ ਠੀਕ ਆ ਅਸੀਂ ਕਿਹਾ ਸਹੀ ਆ ਅਸੀਂ ਏਦਾਂ ਬੈਠੇ ਸਾਰੇ ਹੁਣ ਵੱਡੇ ਵੱਡੇ ਉੱਥੇ ਜਿਹੜੇ ਗਾਉਂਦੇ ਆ ਬਾਲੀਵੁੱਡ ਵਾਲੇ ਹਨਾ ਉਹ ਐਂ ਲੰਘ ਜਾ ਕਹਿੰਦੇ ਸਾਡੇ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਸੀ ਕੋਈ ਨਾ ਬੁਲਾਵੇ ਮਤਲਬ ਹਨਾ ਉਹ ਜਿਹੜੇ ਆਪਦੇ ਬੈਠੇ ਸੀ ਉਹਨਾਂ ਨੂੰ ਬੁਲਾਉਂਦੇ ਸੀ ਉਹ ਸਾਰੇ ਅੱਛਾ ਤੇ ਦਲਜੀਤ ਭਾਈ ਏਦਾਂ ਲੰਘਿਆ ਨਾ ਜਦੋਂ ਕੋਲ ਦੀ ਤੇ ਵਾਸ਼ਰੂਮ ਜਾ ਕੇ ਆਇਆ ਸੀਗਾ ਉਹ ਤੇ ਮੁੜਦਾ ਹੋਇਆ ਆਉਂਦਾ ਤੇ ਉਹ ਮਿਲ ਕੇ ਗਿਆ ਵਧੀਆ ਢੰਗ ਨਾਲ ਸਾਰਿਆਂ ਨੂੰ ਬਹੁਤ ਘੈਂਟ ਲੱਗੀ ਮਤਲਬ ਉਹ ਚੀਜ਼ ਖੁਸ਼ੀ ਜੀ ਬਣ ਜਾਂਦੀ ਨਾ ਇੱਕ ਦਿਲ ਚ ਵੀ ਯਾਰ ਹਾਂ ਤੇ ਉਦੋਂ ਬਾਅਦ ਚ ਵੀ ਬਾਈ ਹੱਥ ਮਿਲਾ ਗਿਆ ਨਾ ਸਾਰਿਆਂ ਨੂੰ ਤੇ ਅਸੀਂ ਮੈਂ ਕਹਿੰਦਾ ਸ਼ਾਮ ਤੱਕ ਤਾਂ ਹੱਥ ਹੀ ਨੀ ਧੋਤੇ ਬਾਈ ਪਹਿਲਾਂ ਤਾਂ ਤੇ ਅਸੀਂ ਨਾ ਸੁਣਦੇ ਯਾਰ ਬਾਈ ਦਾ ਸੈਂਟ ਕਿਹੜਾ ਲੱਗਿਆ ਸੀਗਾ ਯਾਰ ਹਨਾ ਤੇ ਉਹ ਬਹੁਤ ਖੁਸ਼ੀ ਸੀਗੀ ਵੀਰੇ ਉਹ ਚੀਜ਼ ਦੇ ਵਿੱਚ ਬੜਾ ਹੌਸਲਾ ਦਿੱਤਾ ਹਨਾ ਸਾਨੂੰ ਤੇ ਬਹੁਤ ਤੁਹਾਡਾ ਸੋਹਣਾ ਜਿੰਨਾ ਟਾਈਮ ਮੈਨੂੰ ਲੱਗਦਾ ਮੈਂ ਦੇਖਿਆ ਵੀ ਸੀ ਬਾਅਦ ਦੇ ਵਿੱਚ ਜਿੰਨੇ ਤੁਹਾਡੇ ਕੈਂਡੀਡੇਟ ਜਾਂ ਜਨਾਲ ਦੇ ਸੀ ਹਨਾ ਉਹ ਤੁਹਾਡੇ ਦੁਆਲੇ ਬਹਿ ਜਾਂਦੇ ਸੀ ਸੁਣਨ ਵਾਸਤੇ ਹਾਂ ਬਹਿੰਦੇ ਸੀ ਮੈਂ ਇੱਕ ਦੋ ਵੀਡੀਓ ਵੀ ਦੇਖੀ ਹਨਾ ਬਿਲਕੁਲ ਉਹ ਜਿਹੜਾ ਗੀਤ ਗਾਇਆ ਸੀ ਨਾ ਬਾਈ ਉਹ ਇੱਕ ਵਾਰੀ ਜ਼ਰੂਰ ਸੁਣਾਓ ਸਾਰੇ ਇੰਡੀਆ ਦੇ ਸਾਹਮਣੇ ਮੇਰੇ ਖਿਆਲ ਵਰਲਡ ਦੇ ਸਾਹਮਣੇ ਗਾਇਆ ਸੀ ਉਹ ਜ਼ਰੂਰ ਇੱਕ ਗੀਤ ਸੁਣਾਓ ਜਿਹੜਾ ਉਹ ਸ਼ੋਅ ਦੇ ਵਿੱਚ ਫਸਟ ਸੌਂਗ ਸੀ ਉਹਨਾਂ ਸਾਡੀ ਗੈਸਟ ਪਰਫਾਰਮਰ ਸੀਗੀ ਹਾਂ ਉਹ 3 ਮਾਰਚ ਸੀਗਾ ਤਾਂ ਉਦੋਂ ਉਹਨਾਂ ਨੇ ਆਪਦਾ ਹੀ ਸੌਂਗ ਕੀਤਾ ਸੀ ਕਿ ਵੀ ਇਹ ਤਿਆਰ ਕਰੋ ਸਾਡੀ ਆਪਦੀ ਪਸੰਦ ਨਹੀਂ ਸੀ ਉਹ ਸਾਨੂੰ ਵੈਸੇ ਤਾਂ ਮਤਲਬ ਭੁੱਲ ਗਿਆ ਭੁੱਲ ਗਿਆ ਹੁਣ ਬਾਬਾ ਟਾਈਮ ਹੋ ਗਿਆ ਕਿਤੇ ਹੀ ਤਿਆਰ ਕੀਤਾ ਸੀ ਇੱਕ ਬਈ ਤੁਸੀਂ ਇੰਡੀਅਨ ਟੈਲੈਂਟ ਦੇ ਵਿੱਚ ਵੀ ਗਏ ਸੀ ਇੰਡੀਅਨ ਗੋਟ ਟੈਲੈਂਟ ਦੇ ਵਿੱਚ ਗਏ ਸੀ ਉਹ ਪਹਿਲਾਂ ਗਏ ਸੀ 2018 ਚ ਯਾਨੀ ਇਦਾਂ ਦੇ ਮੌਕੇ ਆਉਂਦੇ ਰਹੇ ਸਾਨੂੰ ਜਿਹੜੇ ਰਿਐਲਿਟੀ ਸ਼ੋਅ ਵਾਲੇ ਵੀ ਰੀਚ ਕਰਨ ਲੱਗ ਗਏ ਸੀਗੇ ਤੇ ਉਹ ਸਾਡਾ ਜਾਨੀ ਇੰਟਰਸਟ ਸ਼ੁਰੂ ਤੋਂ ਘੱਟ ਜਾ ਹੀ ਰਿਹਾ ਇਧਰ ਦੇ ਪਾਸੇ ਸਾਨੂੰ ਐ ਕਿ ਕੀ ਕਰਨਾ ਵੀ ਆਪਾਂ ਕਿਹੜਾ ਕਿਸੇ ਨਾਲ ਹੁਣ ਤਾਂ ਪੰਜਾਬ ਦੇ ਵਿਆਹਾਂ ਦੇ ਵਿੱਚ ਹੀ ਬਿਜੀ ਆ ਹਾਂਜੀ ਬਿਲਕੁਲ ਵਿਆਹਾਂ ਦੇ ਮੇਲਿਆਂ ਦੇ ਵਿੱਚ ਸੱਭਿਆਚਾਰਕ ਮੇਲੇ ਵੀ ਬਾਹਰ ਦਾ ਫਿਰ ਟੂਰ ਦਾ ਬਾਈ ਜੀ ਇਦਾਂ 2019 ਚ ਤਾਂ ਸਾਨੂੰ ਕਾਫੀ ਮਤਲਬ ਆਏ ਸੀਗੇ ਉਦੋਂ ਫਿਰ ਲੋਕਡਾਊਨ ਹੋ ਗਿਆ ਸਾਡਾ ਬਣਦਾ ਸੀ ਆਸਟ੍ਰੇਲੀਆ ਦਾ ਟੂਰ ਬਣਦਾ ਸੀ ਖੁੱਲਿਆ ਹਾਂਜੀ ਤੇ ਉਦੋਂ ਬਾਅਦ ਚ ਹੁਣ ਵੀ ਕਈ ਬੰਦੇ ਨੇ ਮਤਲਬ ਕੀਤੀ ਆ ਅਪਰੋਚ ਬਾਈ ਹੁਣਾਂ ਨੇ ਕੀਤੀ ਆ ਫਿਰ ਥੋੜਾ ਜਿਹਾ ਹੁਣ ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਹੁਣ ਛੇਤੀ ਬਣਦਾ ਗਾ ਬਣਾਵਾਂਗੇ ਛੇਤੀ ਜੀ ਹਾਂਜੀ ਅਪਰੋਚ ਤਾਂ ਕਰ ਰਹੇ ਨੇ ਬਹੁਤ ਸਾਡੇ ਆਪਦੇ ਖਾਸ ਮਿੱਤਰ ਵੀ ਹੈਗੇ ਨੇ ਸਾਡੇ ਇਹੋ ਜਿਹੀ ਗਾਇਕੀ ਯਾਰ ਕਿੱਥੇ ਮਿਲਦੀ ਆ ਹਾਂਜੀ ਕਿਉਂਕਿ ਬਾਕੀ ਆਪਾਂ ਜਿੰਨੇ ਵੀ ਆਪਾਂ ਇਧਰੋਂ ਲੱਤਾਂ ਬਾਹਾਂ ਮਾਰਨ ਵਾਲੇ ਤੇ ਗੋਲੀਆਂ ਮਾਰਨ ਵਾਲੇ ਤੇ ਜਿਹੜੇ ਸਾਹਮਣੇ ਬੈਠੇ ਆਡੀਅੰਸ ਨੂੰ ਗਾਲਾਂ ਕੱਢਣ ਵਾਲੇ ਸਿੰਗਰ ਬੁਲਾ ਰਹੇ ਆ ਯਾਰ ਇਹੋ ਜਿਹੇ ਨੂੰ ਸੁਣ ਗਏ ਆਪਾਂ ਨਜ਼ਾਰਾ ਲੈ ਆਈਏ ਜੇ ਆਪਾਂ ਸੱਭਿਆਚਾਰਕ ਜਾਂ ਉੱਥੇ ਮੇਲੇ ਕਰਾਉਂਦੇ ਹਾਂ ਪੰਜਾਬੀਅਤ ਦੇ ਨਾਂ ਨੂੰ ਤੇ ਇਹੋ ਜਿਹੇ ਸਾਜ ਵੱਜਣ ਉੱਥੇ ਦੇ ਦੁਨੀਆ ਝੂਮ ਉੱਠੇ ਤੇ ਡਾਲਰ ਵੀ ਅਸਲ ਮੈਂ ਮੇਰਾ ਖਿਆਲ ਹਜੇ ਥੋੜਾ ਜਿਹਾ ਪਹੁੰਚ ਘੱਟ ਹੈਗੀ ਸਾਡੀ ਉਹਨਾਂ ਲੋਕਾਂ ਤੱਕ ਜਿਹੜੇ ਵਧੀਆ ਹੈਗੇ ਨੇ ਸਪੌਂਸਰ ਹੈਗੇ ਨੇ ਪ੍ਰਮੋਟਰ ਹੈਗੇ ਨੇ ਉਹਨਾਂ ਤੱਕ ਪਹੁੰਚ ਘੱਟ ਹੈਗੀ ਹੋ ਸਕਦਾ ਤਾਂ ਕਰਕੇ ਇੰਨਾ ਟਾਈਮ ਰੁਕੇ ਹੋਈਏ ਵੈਸੇ ਸਾਨੂੰ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਹੁੰਦੇ ਸਾਨੂੰ ਬਾਹਰ ਲਈ ਕਰਾਉਂਦੇ 80% ਸਾਡੇ ਇੱਦਾਂ ਦੇ ਫੰਕਸ਼ਨ ਹੁੰਦੇ ਜਿਹੜੇ ਬਾਹਰੋਂ ਆਉਂਦੇ ਨੇ ਤੇ ਬਾਹਰੋਂ ਹੀ ਬੁੱਕ ਹੋ ਜਾਂਦੇ ਨੇ ਉੱਧਰੋਂ ਫੋਨ ਆ ਜਾਂਦਾ ਵੀ ਭਾਈ ਸਾਡਾ ਇੰਨੀ ਤਰੀਕ ਨੂੰ ਵਿਆਹ ਗਾ ਇੰਨੇ ਪੈਸੇ ਆ ਗਏ ਤੇ ਬੁੱਕ ਕਰ ਲਓ ਤਰੀਕ ਪੱਕੀ ਕਰ ਲਓ ਸਾਡੀ ਵਿਆਹ ਵੀ ਕਈ ਇਹੋ ਜਿਹੇ ਇੱਦਾਂ ਦੇ ਪ੍ਰੋਗਰਾਮ ਸਾਡੇ ਐਤਕੀ ਆ ਜਿਹੜੇ ਵੀ ਪੁੱਛ ਕੇ ਕਰਾਉਂਦੇ ਵੀ ਆਹ ਤਰੀਕ ਵਿਹਲੀ ਆ ਜਾਂ ਅਸੀਂ ਅੱਗੇ ਪਿੱਛੇ ਕਰ ਲਈਏ ਇੱਦਾਂ ਦੇ ਵੀ ਚਾਂਸ ਮਤਲਬ ਸਾਡੇ ਨਾਲ ਹੋ ਜਾਂਦੇ ਇੰਨਾ ਮਤਲਬ ਮੇਰ ਆ ਮਾਲਕ ਦੀ ਜਿੰਨੇ ਸਾਡੇ ਫੰਕਸ਼ਨ ਹੁੰਦੇ ਆ ਉਹ ਜਾਂ ਕੋਈ ਇੰਗਲੈਂਡ ਦੀ ਫੈਮਿਲੀ ਹੁੰਦੀ ਜਾਂ ਆਸਟ੍ਰੇਲੀਆ ਦੀ ਜਾਂ ਕੈਨੇਡਾ ਦੀ ਹਾਂਜੀ ਉਹ ਸਾਰੇ ਉੱਧਰ ਵੀ ਹੁੰਦੇ ਆ ਤੂੰ ਕਦੇ ਆਇਆ ਤਾਂ ਨਹੀਂ ਮੇਰੇ ਕੋਲੇ ਬੈਠਾ ਕਰਕੇ ਆਵਾਜ਼ ਬੈਠਾ ਕੋਲੇ ਦੇ ਬਾਕੀ ਇੰਟਰਵਿਊ ਚ ਬੋਲਦਾ ਹੁੰਦਾ ਨਾ ਮਾਈਕ ਮੇਨ ਤੇਰੇ ਵੀ ਲੱਗਾ ਯਾਰ ਨਹੀਂ ਨਹੀਂ ਉਹ ਕਦੇ ਕਦਾਂ ਹੀ ਬਈ ਹੋ ਜਾਂਦਾ ਕੋਈ ਪ੍ਰੋਬਲਮ ਕਈ ਵਾਰੀ ਘਰ ਚ ਜਾਂ ਕੁਛ ਹੋਵੇ ਕੁਛ ਤੇ ਕੰਮ ਕਰ ਬਈ ਹੁਣ ਸਾਰਾ ਕੰਮ ਇਹਦੇ ਤੇ ਕੰਮ ਹੀ ਤੂੜੀ ਦਾ ਫੋਨ ਕੰਮ ਦਾ ਸਟ੍ਰੈਸ ਦਾ ਕੰਮ ਥੋੜਾ ਜਿਹਾ ਹੋ ਜਾਂਦਾ ਛੋਟਾ ਬ੍ਰਦਰ ਸੀਗਾ ਵੱਡਾ ਇਹਦਾ ਛੋਟਾ ਛੋਟਾ ਹੀ ਇਧਰ ਦਾ ਹਨ ਉਹ ਬਾਹਰ
ਆਸ ਕਰਦੇ ਆ ਵੀ ਆਉਣ ਵਾਲੇ ਬਾਹਰ ਆ ਜਿੰਨੇ ਵੀ ਟੂਰ ਆ ਨਾ ਵੀ ਤੁਹਾਡੇ ਨਾਮ ਹੀ ਹੋਣ ਤੇ ਕਾਫੀ ਪ੍ਰਮੋਟਰ ਨੇ ਮਾਲਵੇ ਦੇ ਆਪਣੇ ਇਲਾਕੇ ਦੇ ਤੁਹਾਡੇ ਬਾਗੇ ਪੁਰਾਣੇ ਦੇ ਏਰੀਏ ਦੇ ਅਸੀਂ ਬੇਨਤੀ ਕਰਦੇ ਵੀ ਸਾਰੇ ਇਹ ਗੱਲ ਨੂੰ ਸਮਝਣ ਕਿ ਏਡੇ ਵੱਡੇ ਕਲਾਕਾਰ ਆ ਜਿਹੜੇ ਆਪਣੇ ਵੀ ਆ ਜਿਹੜਾ ਟੈਲੈਂਟ ਆ ਇਹ ਵੇਸਟ ਜਾ ਰਿਹਾ ਕਿਉਂਕਿ ਤੁਸੀਂ ਵੀ ਕਲਾ ਜਿਹੜੀ ਕਿੱਥੋਂ ਕਿੱਥੋਂ ਇਕੱਠੇ ਹੋ ਗਏ ਕਲਾ ਬਣਾਉਂਦੇ ਹਾਂ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੀਰਾ ਬਣੇ ਕੀ ਲੱਗਦਾ ਵੀ ਜਿਹੜੇ ਅੱਜ ਕੱਲ੍ਹ ਗੀਤ ਚੱਲ ਰਹੇ ਉਹਨਾਂ ਬਾਰੇ ਕੀ ਭਾਵਨਾ ਦਰਅਸਲ ਨਾ ਸਾਰਾ ਕੁਛ ਸੁਣੀ ਜਾਂਦੇ ਆ ਲੋਕ ਵੀਰੇ ਹੈ ਨਾ ਗਾਉਣ ਵਾਲਿਆਂ ਦੀ ਵੀ ਕੋਈ ਗਲਤੀ ਨਹੀਂ ਹੈਗੀ ਬਾਹਲੀ ਵੱਡੀ ਹਰ ਇੱਕ ਬੰਦਾ ਉਹਨੂੰ ਇੱਦਾਂ ਹੁੰਦਾ ਮੈਂ ਛੇਤੀ ਚੜ੍ਹ ਜਾਂ ਹਰ ਇੱਕ ਬੰਦੇ ਨੂੰ ਹੁੰਦਾ ਮੈਂ ਛੇਤੀ ਚੱਲ ਜਾਂ ਅਤੇ ਛੇਤੀ ਵੱਡਾ ਸਟਾਰ ਬਣ ਜਾਂ ਜਦੋਂ ਬੰਦਾ ਕੋਈ ਸਟੂਡੀਓ ਗਾਣਾ ਕਰਨ ਜਾਂਦਾ ਹੁਣ ਅਸੀਂ ਕਈ ਵਾਰ ਬੈਠਾ ਹੁੰਦਾ ਸਟੂਡੀਓ ਚਲੇ ਜਾਣਾ ਹੈ ਨਾ ਅਤੇ ਉੱਥੇ ਇਹ ਦੇਖਣ ਨੂੰ ਮਿਲਦਾ ਵੀ ਹੁਣ ਜੇ ਕੋਈ ਨਵਾਂ ਮੁੰਡਾ ਵੀ ਆਇਆ ਉਹਨੂੰ ਇਹ ਹੁੰਦਾ ਮੈਂ ਬਸ ਸਟਾਰ ਬਣ ਜਾਂ ਛੇਤੀ ਬਣ ਜਾਵਾਂ ਬਸ ਮੇਰਾ ਗਾਣਾ ਹਾਲੇ ਇੱਥੇ ਰਿਕਾਰਡ ਹੋਇਆ ਤਾਂ ਮੈਂ ਬਣ ਜਾਵਾਂ ਛੇਤੀ ਵੀ ਹਾਂ ਚੱਕਮਾ ਚਾਹੀਦਾ ਵੀਰੇ ਬੀਟ ਕੀ ਵੱਜੇ ਦਰਅਸਲ ਉਹ ਕਿ ਲੋਕ ਸੁਣਦੇ ਵੀ ਆ ਵੀਰੇ ਹੈ ਨਾ ਲੋਕ ਅਸੀਂ ਜੇ ਹੁਣ ਕਹਿੰਦੇ ਵੀ ਲੋਕ ਸਾਡਾ ਨਹੀਂ ਸੁਣਦੇ ਸਾਡਾ ਵੀ ਸੁਣਦੇ ਵਧੀਆ ਬਹੁਤ ਨੌਜਵਾਨ ਪੀੜ੍ਹੀ ਵੀ ਇੰਨੀ ਜਿਹੜੀ ਸੁਣਦੀ ਹੈ ਬਹੁਤ ਜ਼ਿਆਦਾ ਸੁਣਦੀ ਹੈ ਪਰ ਕਲਾਕਾਰਾਂ ਨੂੰ ਇਹ ਆ ਵੀ ਥੋੜ੍ਹਾ ਜਿਹਾ ਜੇ ਤਿੰਨ ਚਾਰ ਗਾਣੇ ਉਵੇਂ ਦੇ ਚੱਕਵੇਂ ਇੱਕ ਅੱਧਾ ਗਾਣਾ ਸਿਆਣਾ ਵੀ ਕਰ ਲੈਣਾ ਚਾਹੀਦਾ ਬੰਦੇ ਨੂੰ ਉਹਦੇ ਨਾਲ ਬੰਦੇ ਦੀ ਇਮੇਜ ਬਣੀ ਰਹਿੰਦੀ ਹੈ ਸਾਰਾ ਕੁਝ ਮਤਲਬ ਮਿਕਸ ਜਿਹਾ ਕਰਦਾ ਰਹੇ ਬੰਦਾ ਵਧੀਆ ਰਹਿੰਦਾ ਪਰ ਇੱਕ ਗੱਲ ਮੈਨੂੰ ਇਹ ਲੱਗਦੀ ਆ ਵੀ ਜਲਦੀ ਚੜ੍ਹਨ ਵਾਲੇ ਜਲਦੀ ਡਿੱਗ ਵੀ ਪੈਂਦੇ ਆ ਬਿਲਕੁਲ ਵੀਰੇ ਤੇ ਹੁਣ ਤੁਸੀਂ ਆ ਕਈ ਪ੍ਰਮੋਟਰ ਇਹੋ ਜਿਹੇ ਆ ਕਈ ਚਲੋ ਸੋਚਦੇ ਵੀ ਨਹੀਂ ਆਪਦੀ ਬੱਲੇ ਬੱਲੇ ਵਾਸਤੇ ਵੀ ਆ ਹੁਣ ਬਾਊ ਕਿਹੜਾ ਉਹ ਸੰਘਾ ਉਹਨੂੰ ਹੁਣ ਬਾਹਰ ਦੇ ਵੀ ਜਲਵਾਈ ਜਾਂਦੇ ਕਈਆਂ ਦੇ ਕਈ ਉਹ ਬੇਸੁਰੇ ਵੀ ਹੈਗੇ ਉਹਨਾਂ ਨੂੰ ਬਾਹਰ ਕਰੀ ਜਾਂਦੇ ਹਨ ਬਾਕੀ ਤੁਹਾਡੀ ਤਾਂ ਕਲਾ ਹੀ ਹੋ ਜੇ ਤੁਹਾਡੇ ਅੱਗੇ ਪਿੱਛੇ ਫਿਰਨਗੇ ਆਉਣ ਵਾਲਾ ਸਮਾਂ ਬਾਕੀ ਨਾ ਇੱਕ ਗੱਲ ਸਿਆਣੇ ਦੀ ਸਹੀ ਹੈ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਬਾਵੇ ਹਨਾ ਵੀ ਦਰਅਸਲ ਕਸੂਰ ਉਹਨਾਂ ਦਾ ਵੀ ਨਹੀਂ ਚਾਹੇ ਹੁਣ ਤੁਸੀਂ ਗੱਲ ਕੀਤੀ ਉਹਨਾਂ ਦੇ ਬਜੜੇ ਸੰਗਣ ਦੇ ਅਸੀਂ ਵੀ ਸੁਣਦੇ ਵੀਡੀਓ ਦਰਅਸਲ ਨਾ ਰੱਬ ਦੀ ਕਿਰਪਾ ਹੋ ਗਈ ਉਹਨਾਂ ਦੇ ਵੀਰੇ ਹਨਾ ਗਰੀਬ ਪਰਿਵਾਰ ਚੋਂ ਵੀ ਬਾਈ ਮੈਂ ਦੇਖੇ ਵੀਡੀਓ ਸਾਰੀਆਂ ਉਹਨਾਂ ਦੀਆਂ ਉਹ ਰੱਬ ਦੀ ਕੋਈ ਮਿਹਰਬਾਨੀ ਹੁੰਦੀ ਆ ਬਸ ਉਹ ਬੰਦੇ ਦੇ ਮੂੰਹੋਂ ਕਢਵਾ ਦਿੰਦਾ ਤੇ ਉਹਨੂੰ ਕਿਤੇ ਨਾ ਕਿਤੇ ਲੈ ਜਾਂਦਾ ਚੱਕ ਨਿੰਦਿਆ ਹੀ ਬੰਦੇ ਦੀ ਭਗਤੀ ਬਣ ਗਈ ਆ ਚੱਕਰੇ ਆ ਉਹ ਬੰਦਾ ਨਹੀਂ ਉਹ ਬੰਦਾ ਵੀ ਨਹੀਂ ਮਾੜਾ ਉਹ ਵੀ ਬੰਦਾ ਮੈਂ ਉਹਦੀ ਇੰਟਰਵਿਊ ਦੇਖੀ ਆ ਉਹ ਸਿੱਧਾ ਜਿਹਾ ਬੰਦਾ ਲੋਕ ਉਹ ਤੋਂ ਕੰਮ ਉਵੇਂ ਦੇ ਕਰਵਾਉਂਦੇ ਰਹਿੰਦੇ ਹਨਾ ਸਾਰੇ ਹਾਂ ਤੇ ਉਹ ਚੱਲ ਗਿਆ ਬਸ ਪਤਾ ਨਹੀਂ ਕਿੱਦਾਂ ਹਾਂ ਅਸਲ ਚ ਬਈ ਲੱਕ ਹੁੰਦਾ ਹਰੇਕ ਲੱਕ ਹੁੰਦਾ ਹਰੇਕ ਬੰਦੇ ਦਾ ਮੇਰੇ ਨਾਲ ਯਾਦ ਆ ਵੀਰੇ ਅਸੀਂ ਜਦੋਂ ਰੰਗਲੇ ਸਰਦਾਰਦਾ ਸਾਡੇ ਸ੍ਰੀ ਵਾਲੇ ਪਹਿਲਾ ਪ੍ਰੋਗਰਾਮ ਸੀਗਾ ਉਦੋਂ ਮੈਂ ਸਰੰਗੀ ਮਤਲਬ ਅਰਸ਼ ਵੀਰਾ ਸੀਗਾ ਮੇਨ ਵੀਰੇ ਹੁਣੀ ਸੀਗੇ ਤਿੰਨ ਮੁੰਡੇ ਹੋਰ ਸੀ ਸਾਡੇ ਨਾਲ ਵਿੱਕੀ ਸੀਗਾ ਵੀਰਾ ਹਨਾ ਵਿੱਕੀ ਅਮਰੀ ਵੀਰਾ ਸੀਗਾ ਸਾਡੇ ਸਰਕਲ ਚ ਸੀ ਇੱਕ ਵੀਰਾ ਅਮਰੀ ਛੋਟੇ ਕੋਲ ਗਏ ਤੋਂ ਹਾਂਜੀ ਤੇ ਇੱਕ ਵੀਰਾ ਰਣਦੀਪ ਸੀਗਾ ਵੀਰਾ ਬਾਹਰ ਚਲੇ ਗਏ ਦੋਨੇ ਹੀ ਕਲਾਸਮੇਟ ਹਾਂਜੀ 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 ਉਦੋਂ ਪਹਿਲਾ ਪ੍ਰੋਗਰਾਮ ਅਸੀਂ ਸੀਰੀਅਲ ਹੀ ਲਾਇਆ ਸੀ ਅਸੀਂ ਗਾਉਣ ਵਾਲੇ ਸੀਗੇ ਮੇਰੇ ਤਾਂ ਉਹਨਾਂ 10-15 ਜਾਣੇ ਹਨਾ ਤੇ ਮੈਂ ਉਦੋਂ ਸਰੰਗੀ ਵੀਰਾ ਆਇਆ ਸੀਗਾ ਵੀਰੇ ਉਹਨਾਂ ਨਾਲ ਤੇ ਉੱਥੋਂ ਪੈਸੇ ਵੀ ਥੋੜੇ ਜਿਹੇ ਲੈਤੇ ਹੋਏ ਸੀਗੇ ਪੈਸੇ ਸਾਨੂੰ 200 ਆਇਆ ਸੀ ਬਾਅਦ ਚ ਤੇ ਇਹਨਾਂ ਨੂੰ 200 ਰੁਪਿਆ ਆਇਆ ਸਾਰਿਆਂ ਨੂੰ 230 ਰੁਪਏ ਇੱਕ ਜਣੇ ਨੂੰ ਆਇਆ ਕੀ ਗੱਲ ਆ ਤੁਸੀਂ ਖਾ ਕੇ ਆਉਂਗੇ ਤੇ ਮੈਂ ਉਹਦੀ ਰਾਤ ਨੂੰ ਵੰਡੇ ਭਾਈ ਸੜਕ ਤੋਂ ਕਰਕੇ ਕੀ ਹੁੰਦਾ ਸੀਗਾ ਸੜਕ ਤੇ ਖੜ ਕੇ ਦੋ ਇਹਨਾਂ ਨੇ ਵੰਡੇ ਹਨਾ ਤੇ ਸਾਨੂੰ ਆਇਆ 1500-1500 ਰੁਪਏ ਤੇ ਕਿਉਂਕਿ ਮੈਂ ਸਰੰਗੀ ਵੀ ਆਉਣਾ ਆਇਆ ਸੀ ਮੈਂ ਤਾਂ ਐਜੇ ਮਤਲਬ ਇਹਨਾਂ ਨਾਲ ਉਹ ਗਿਆ ਮਿਊਜ਼ੀਸ਼ੀਅਨ ਗਿਆ ਸੀ ਮੈਂ ਹਾਂ ਤੇ ਉਦੋਂ ਬਾਅਦ ਸਾਰੇ ਬੈਠੇ ਤੇ ਉਹ ਕਹਿੰਦੇ ਵੀ ਉਹ ਵੀਰੇ ਹੁਣੇ ਵੀ ਅਲੱਗ ਹੋ ਗਏ ਕਹਿੰਦੇ ਬਸ ਵੀ ਆਪਣਾ ਪਹਿਲਾਂ ਤੇ ਆਖਰੀ ਪ੍ਰੋਗਰਾਮ ਹੀ ਹੈ ਵੀ ਉਹ ਬਚੇ ਹੀ ਨਹੀਂ ਕੁਝ ਹਨਾ ਕੁਝ ਬਚਦਾ ਹੀ ਨਹੀਂ ਹੈਗਾ ਵੀ ਆਖਰੀ ਹੈ ਫਿਰ ਉਦੋਂ ਬਾਅਦ ਕਾਫੀ ਟਾਈਮ ਠੰਡੇ ਜਿਹੇ ਵੀ ਰਹੇ ਅਸੀਂ ਹਨਾ ਚੁੱਪ ਜੇ ਹੋ ਗਏ ਫਿਰ ਬਸ ਐਂ ਸੀਗਾ ਮੇਰਾ ਅਰਸ਼ ਨਾਲ ਮੇਲ ਜੋਲ ਸੀਗਾ ਬੜਾ ਸਾਰਗੀ ਵਾਲੇ ਨਾਲ ਯਾਰੀ ਪਾ ਕੇ ਉਹਨੂੰ ਵੀ ਬਰਾਬਰ ਤੇ ਅਰਸ਼ ਨਾਲ ਸੀਗਾ ਮੇਲ ਜੋਲ ਕਾਫੀ ਖੋਖਰ ਜਸਕਰਨ ਵੀ ਜਾਂਦਾ ਹੁੰਦਾ ਸੀ ਸਾਡੇ ਨਾਲ ਤੇ ਇਹਦੇ ਕੋਲ ਖੋਖਰ ਕੋਲ ਆ ਕੇ ਬੈਠਣ ਲੱਗ ਗਏ ਅਸੀਂ ਮਨਿੰਦਰ ਕੋਲ ਜਾ ਕੇ ਬਹਿਣ ਲੱਗ ਗਏ ਪਰ ਫਿਰ ਕੀੜਾ ਟਿਕਦਾ ਤਾਂ ਹੁੰਦਾ ਨਹੀਂ ਤੇ ਅਸੀਂ ਵੀਡੀਓ ਪਾਉਣ ਲੱਗ ਗਏ ਮੇਰੇ ਹਿਸਾਬ ਨਾਲ ਗਾਣਾ ਤਾਂ ਅਸੀਂ 1.5-2 ਸਾਲ ਬਾਅਦ ਚੋਂ ਕੀਤਾ ਤੇ ਅਸੀਂ ਵਧੀਆ ਪ੍ਰੋਗਰਾਮ ਅਸੀਂ ਵੀਡੀਓ ਨਾਲ ਨਾਰਮਲ ਨਾਲ ਲਾਉਣ ਲੱਗ ਗਏ ਸੀਗੇ ਵੀ ਕਿਤੇ 70,000 ਲੈ ਲਿਆ 80,000 ਇੱਥੇ ਤੱਕ ਅਸੀਂ ਉਦੋਂ ਲਾਉਣ ਲੱਗ ਗਏ ਸੀ ਪ੍ਰੋਗਰਾਮ ਬਚਦਾ ਬਚਾਉਂਦਾ ਤਾਂ ਸਾਨੂੰ ਕੁਛ ਨਹੀਂ ਹੁੰਦਾ ਸੰਗੀਤ ਇਹੋ ਜਿਹੀ ਚੀਜ਼ ਤੁਸੀਂ ਇਹਨੂੰ ਛੱਡ ਦੋਗੇ ਤਾਂ ਇਹ ਤੁਹਾਨੂੰ ਨਹੀਂ ਛੱਡਦਾ ਛੱਡਦਾ ਨਹੀਂ ਬਾਈ ਤੁਸੀਂ 2-3 ਸਾਲ ਚ ਤੁਸੀਂ ਬਹਿ ਜਾਓਗੇ ਫਿਰ ਤੁਹਾਨੂੰ ਜੀ ਕਰੂਗਾ ਜੀ ਕਰੂਗਾ ਵੀ ਕਰਨਾ ਤੁਸੀਂ ਛੱਡ ਨਹੀਂ ਸਕਦੇ ਅਸੀਂ ਜੇ ਬਈ ਹੁਣ ਵੀ ਪ੍ਰੋਗਰਾਮ ਲਾਉਣੇ ਨਾ ਸਾਨੂੰ ਪੈਸੇ ਨਾ ਨਹੀਂ ਹੁੰਦਾ ਸਾਨੂੰ ਸਵਾਦ ਹੁੰਦਾ ਐ ਹੁੰਦਾ ਕਿ ਪਹਿਲੀ ਵਾਰੀ ਗਾਉਣਾ ਸੀ ਸਟੇਜ ਦਾ ਚਾਹ ਹੀ ਇੰਨਾ ਇੱਕ ਮੈਂ ਗੱਲ ਹੋਰ ਨੋਟ ਕੀਤੀ ਬਈ ਜਦੋਂ ਤੁਹਾਡੇ ਕੋਸਟਿਊਮ ਪਾਏ ਹੁੰਦੇ ਨਾ ਯਾਰ ਕਿਆ ਬਾਤ ਵੀ ਲੋਕ ਦੇਖਦੇ ਵੀ ਇੱਕੋ ਜਿਹੀਆਂ ਹਨਾ ਉਹ ਕੌਣ ਸੋਚਦਾ ਯਾਰ ਬਈ ਆਪਾਂ ਲੈਣੇ ਚੀਜ਼ ਮੈਨੂੰ ਪੱਕਾ ਆ ਵੀ ਮਨਿੰਦਰ ਸੋਚਦਾ ਨਹੀਂ ਉਹ ਖੋਖਰ ਜਿਆਦਾ ਸੋਚਦਾ ਹੁੰਦਾ ਅੱਛਾ ਥੋੜਾ ਜਿਹਾ ਐਂ ਹੁੰਦਾ ਜੀ ਇੱਕ ਤਾਂ ਸ਼ੌਂਕ ਆ ਪਹਿਲੇ ਦਿਨ ਤੋਂ ਥੋੜਾ ਲੀੜੇ ਕੱਪੜੇ ਦਾ ਜਿਵੇਂ ਆਪਾਂ ਕਹਿ ਦਈਏ ਕਲਰ ਦਾ ਚੂਜ਼ ਕਰਨਾ ਕਿੱਦਾਂ ਕਰਨਾ ਹਨਾ ਤੇ ਜਾਂਦੇ ਤਾਂ ਅਸੀਂ ਇਕੱਠੇ ਹੀ ਹੁੰਦੇ ਹਾਂ ਪਰ ਮੈਂ ਕਹਿ ਕੇ ਮਨਾ ਲੈਣਾ ਤੇਰੇ ਵਧੀਆ ਲੱਗੂ ਤੂੰ ਆਹੀ ਪਾ ਲਾ ਮਤਲਬ ਪਸੰਦ ਤਾਂ ਸਾਰਿਆਂ ਦੀ ਹੁੰਦੀ ਆ ਅੱਛਾ ਪਸੰਦ ਸਾਰਿਆਂ ਦੀ ਹੁੰਦੀ ਆ
ਉਹ ਸੀ ਮਨਿੰਦਰ ਵੀਰੇ ਦਾ ਸੀਗਾ ਚੈਨਲ ਸੀਗਾ ਮੈਂ ਉਹ ਫਿਰ ਨਾਮ ਬਦਲਤਾ ਸੀ ਉਹਦਾ ਕਿਉਂਕਿ ਪਹਿਲਾਂ ਅਸੀਂ ਵੀਡੀਓ ਉੱਤੇ ਪਾਈਆਂ ਸੀ ਜ਼ਿਆਦਾ ਹਾਂਜੀ ਫਿਰ ਉਹ ਰੰਗਲੇ ਸਰਦਾਰੀ ਕਰਦਾ ਕਿਉਂਕਿ ਕਈ ਵਾਰ ਇੰਟਰਵਿਊ ਵੀ ਇਹਦਾ ਬੰਦਾ ਉਹਦੀ ਤਕਰੀਬਨ ਤਕਰੀਬਨ ਰੀਚ ਜ਼ਿਆਦਾ ਸੀਗੀ ਜੀ ਮਨਿੰਦਰ ਵਾਲੇ ਦੀ ਤੇ ਉਹ ਫਿਰ ਅਸੀਂ ਟੀਮ ਦਾ ਹੀ ਕਰ ਲਿਆ ਸੀ ਬਣਾ ਲਿਆ ਸੀ ਹਾਂਜੀ ਇੱਕ ਹੁਣ ਇੱਕੋ ਜਿਹਾ ਹਨਾ ਵੀ ਸ਼ਰਾਰਤ ਵੀ ਸੋਚ ਜਾਂਦੀ ਵੀ ਵਿਆਹ ਚੱਲਦਾ ਪਿਆ ਇਕੱਠ ਬਹੁਤ ਆ ਹਨਾ ਵੀ ਐਂਕਰ ਵੀ ਬੋਲ ਕੇ ਜਾ ਵੜਿਆ ਨਾ ਤੁਹਾਨੂੰ ਰੀਪ੍ਰੈਜੈਂਟ ਕਰਤਾ ਵੀ ਤੁਸੀਂ ਕਿਉਂਕਿ ਆਪਾਂ ਇੱਕੋ ਏਜ ਦੇ ਹਨਾ ਕਈ ਵਾਰ ਇਹੋ ਜਿਹੀ ਸ਼ਰਾਰਤ ਸੁੱਜ ਗਈ ਵੀ ਹਾਸਾ ਨਿਕਲ ਰਿਹਾ ਵੀ ਇਹ ਵੀ ਕੋਈ ਹੁੰਦਾ ਚਾਂਸ ਵੀ ਸਟੇਜ ਤੇ ਲਾਈਵ ਹੋ ਰਿਹਾ ਕਿ ਨਹੀਂ ਹੁੰਦਾ ਹਾਸਾ ਤਾਂ ਬਾਈ ਜੀ ਅਸੀਂ ਗੱਡੀ 'ਚ ਬਹਿਣ ਸਾਰੀ ਲੱਗ ਜਾਂਦੇ ਅਸੀਂ ਸਵੇਰੇ ਅਸੀਂ ਮੰਨ ਕੇ ਚੱਲੋ ਸਾਡੀ ਟੀਮ ਵਾਹਿਗੁਰੂ ਦੀ ਕਿਰਪਾ ਨਾਲ ਪਹਿਲੇ ਦਿਨ ਤੋਂ ਹੀ ਅਸੀਂ ਉਹ ਬੰਦੇ ਆ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਆ ਸਾਡੇ ਨਾਲ ਸਾਵਣ ਵੀਰਾ ਹੁੰਦਾ ਸਾਡਾ ਸੀਨੀਅਰ ਲੱਕੀ ਸ਼ਾਹ ਬਾਈ ਹੁੰਦਾ ਵਿੱਕੀ ਮੁੰਡਾ ਹੁੰਦਾ ਤੇ ਅਸੀਂ ਇਕੱਠੇ ਹੀ ਜਾਂਦੇ ਹਾਂ ਜਦੋਂ ਵੀ ਜਾਈਏ ਪ੍ਰੋਗਰਾਮ 'ਤੇ ਸਾਡਾ ਗੱਡੀ 'ਚ ਬੈਠਣ ਸਾਰ ਤੋਂ ਸਟਾਰਟ ਹੋ ਜਾਂਦਾ ਕੰਮ ਗੱਲਾਂ ਸੁਣਾਉਣ ਦਾ ਇਕੱਠੇ ਵਾਹਵਾ ਟਾਈਮ ਬਾਅਦ ਹੋਏ ਹੁੰਦੇ ਆ ਕਈ ਵਾਰ ਨੋਨ ਸੀਰੀਅਸ ਵੀ ਹੋ ਜਾਂਦਾ ਨਾ ਬੰਦਾ ਵੀ ਹੱਸਣ ਲੱਗ ਪਏ ਜਾਂ ਇਹੋ ਜਿਹਾ ਕੁਛ ਹੋਇਆ ਉਹ ਸਟੇਜ 'ਤੇ ਹੋ ਜਾਂਦਾ ਹੱਸਾ ਜੱਸੇ ਨੂੰ ਦੇਖ ਕੇ ਆ ਜਾਂਦਾ ਸਾਨੂੰ ਐਂ ਹੁੰਦਾ ਬਾਈ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਸਟੇਜ 'ਤੇ ਘਰੋਂ ਰੋਟੀ ਖਾ ਕੇ ਜਾਣੀ ਸੀ ਰਾਜ ਢਾਬੇ ਤੇ ਖਾਣੀ ਹੈ ਨਾ ਇਹਨੇ ਢਾਬੇ ਤੇ ਵੀ ਖਾ ਲੈਣੀ ਘਰੋਂ ਵੀ ਖਾ ਕੇ ਆਇਆ ਹੁੰਦਾ ਮੈਨਾਂ ਮੈਂ ਹੱਸੀ ਵੀ ਜਾਂਦਾ ਮੈਂ ਹਾਂ ਉੱਥੇ ਜਾ ਕੇ ਫਿਰ ਇਹਨੇ ਪਤਾ ਕੀ ਕਰਨਾ ਸਾਰਿਆਂ ਨਾਲੋਂ ਪਹਿਲਾਂ ਸਟੇਜ 'ਤੇ ਹਜੇ ਸਾਡਾ ਤੀਜਾ ਚੌਥਾ ਗਾਣਾ ਹੁੰਦਾ ਅਤੇ ਪਿੱਛੇ ਜੂਸ ਦਾ ਗਲਾਸ ਲਈ ਖੜਾ ਹੁੰਦਾ ਕਦੇ ਕੋਈ ਚਾਂਪ ਲਈ ਖੜਾ ਆਜਮਣੇ ਜੁਗਣੀ ਚੱਕਦੀ ਉੱਧਰ ਮੂਹਰੇ ਸਾਰੇ ਨੱਚੀ ਜਾਣ ਅਤੇ ਮੈਨੂੰ ਲੱਗੀ ਸੀ ਭੁੱਖ ਮੈਂ ਹੁੰਦਾ ਵੀ ਪਹਿਲਾਂ ਸਾਊਂਡ ਬੈਲੈਂਸ ਕਰਾਉਣਾ ਹੁੰਦਾ ਜਾ ਕੇ ਅਤੇ ਇਹ ਬਾਈ ਹੁਣੀ ਰੈਡੀ ਹੁੰਦੇ ਆ ਯਾਨੀ ਮੈਨੂੰ ਉਦੋਂ ਖਾਣ ਦਾ ਟਾਈਮ ਨਹੀਂ ਮਿਲਦਾ ਇਹ ਬਾਈ ਨੇ ਜੁਗਣੀ ਚੱਕਦੀ ਉੱਧਰ ਕੋਰਸ ਵਾਲਾ ਮੁੰਡਾ ਵੀ ਸਾਡੇ ਨਾਲ ਹੈ ਨਹੀਂ ਸੀ ਅਤੇ ਇਹ ਜਦੋਂ ਐਂ ਵੇਖਿਆ ਇਹ ਕੋਰਸ ਤਾਂ ਕੋਈ ਬੋਲਦਾ ਨਹੀਂ ਮੈਂ ਕਿਹਾ ਇਹ ਮਗਰ ਝਾਕਿਆ ਮੈਂ ਮਗਰ ਖੜਾ ਫਰੂਟ ਚਾਟ ਖਾਈ ਜਾਂਦਾ ਮੇਰੇ ਮੂੰਹ 'ਚ ਐਡਾ ਸੇਵ ਤੰਨੇ ਇਹਨੇ ਆਪੇ ਹੀ ਇਕੱਲੇ ਨੇ ਗਾਇਆ ਵਿਚਾਰੇ ਉਹਨਾਂ ਨੇ ਇਹਨਾਂ ਨੂੰ ਬਾਅਦ ਸਿੰਘ ਵੀ ਬਣਿਆ ਤੁਹਾਡਾ ਅਲਾਪ ਬਹੁਤ ਤਕੜਾ ਬਾਈ ਦਾ ਬਈ ਉਹ ਤਾਂ ਹੈ ਰਿਕਾਰਡ ਕੀਤਾ ਸਾਰਾ ਲਾਈਵ ਕੀਤਾ ਜੀ ਉੱਥੇ ਦੋ ਗਾਣੇ ਕੀਤੇ ਇੱਕ ਹੁਣ ਆਊਗਾ ਕਰਾਂਗੇ ਹੋਰ ਨੇੜੇ ਜਾ ਕੇ ਵਿਆਹਾਂ ਦੇ ਨੇੜੇ ਜਾ ਕੇ ਕਰਾਂਗੇ ਇੱਕ ਗਾਣਾ ਅਸੀਂ ਹੁਣ ਕਰਕੇ ਆਏ ਹਾਂ ਜੀ ਹੋਰ ਰਿਲੀਜ਼ ਕਰਦਾ ਉਹ ਤੁਹਾਨੂੰ ਸੁਣਾਉਂਦੇ ਆ ਉਹਦੇ ਪਹਿਲਾਂ ਸ਼ੇਅਰ ਹੈਗਾ ਨਾ ਜੀ ਐਵੇਂ ਚੰਗਾ ਹੈ ਇਹੋ ਜਿਹੀ ਖੁਸ਼ੀ ਨਾਲੋਂ ਉਹ ਥੋੜੇ ਸਮੇਂ ਚ ਜਿਹੜੀ ਬਿਰਲਾਪ ਬਣ ਜਾਏ ਉਹ ਸ਼ੁੱਧ ਸੁਰਾਂ ਦੀ ਚੱਲ ਕੇ ਦਿਲ ਮੋਹ ਲੈਂਦੀ ਉਹ ਕਿਸੇ ਰਾਗ ਦਾ ਜਦੋਂ ਅਲਾਪ ਬਣ ਜਾਏ ਐਵੇਂ ਚੰਗਾ ਹੈ ਇਹੋ ਜਿਹੇ ਪੁੱਤ ਨਾਲੋਂ ਉਹ ਜਿਹੜਾ ਬਾਪ ਦੇ ਬਾਪ ਦਾ ਬਾਪ ਬਣ ਜਾਏ ਐਸੀ ਜ਼ਿੰਦਗੀ ਦੀ ਉਹ ਤੂਫਾਨ ਵੀ ਲੈ ਉਸ ਚਿੰਨ ਬਣ ਜੇ ਮੋਰ ਛਾਪ ਬਣ ਜੇ ਓਕੇ ਸਭ ਰਿਸ਼ਤੇ ਨਾਤੇ ਓਕੇ ਸਭ ਸਾਥ ਸੰਬੰਧੀ ਜਿੰਨਾ ਚਿਰ ਜੇਬ ਬੋਲਦੀ ਆਖੇ ਨਾ ਚੰਗੀ ਮੰਦੀ ਜਿੰਨਾ ਚਿਰ ਜੇਬ ਬੋਲਦੀ ਆਖੇ ਨਾ ਚੰਗੀ ਮੰਦੀ ਔਰਤ ਲਈ ਕੂਰ ਬਥੇਰੀ ਔਰਤ ਲਈ ਕੂਰ ਬਥੇਰੀ ਲੋੜ ਨਾ ਡੰਡੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ ਕੰਨ ਲਾ ਕੇ ਸੁਣ ਲੈ ਮਿੱਤਰਾ ਗੱਲ ਤੇਰੇ ਚੰਗੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ ਸਭ ਕੁਝ ਮਿਲ ਜਾਂਦਾ ਜੀ ਸਭ ਕੁਝ ਮਿਲ ਜਾਂਦਾ ਜੀ ਮਾਂ ਮਿਲ ਜੇ ਵੰਡੇ ਦੀ ਕੰਨ ਲਾ ਕੇ ਸੁਣ ਲੈ ਮਿੱਤਰਾ ਗੱਲ ਤੇਰੇ ਚੰਗੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ Thank you.
ਤਿੱਖਾ ਹੀ ਹੁੰਦਾ ਬੈਠਾ ਬਣ ਸਾਧ ਹੋਵੇ ਚੰਗਾ ਕੰਮ ਸੂਰਜ ਦੇ ਨਾਮ ਛਿਪਣ ਤੋਂ ਬਾਅਦ ਹੋਵੇ ਚੰਗਾ ਕੰਮ ਸੂਰਜ ਦੇ ਨਾਮ ਛਿਪਣ ਤੋਂ ਬਾਅਦ ਹੋਵੇ ਪੁੱਛ ਗਿੱਛ ਤਾਂ ਕੱਟਦੀ ਖੋਖਰਾ ਪੁੱਛ ਗਿੱਛ ਤਾਂ ਕੱਟਦੀ ਸਬਰ ਸਿਆ ਬਹੁਤਾ ਦਿਲ ਹੰਡੇ ਦੀ ਕੰਨ ਲਾ ਕੇ ਸੁਣ ਲੈ ਮਿੱਤਰਾ ਗੱਲ ਤੇਰੇ ਚੰਗੇ ਦੀ ਘਰ ਦੇ ਵਿੱਚ ਕਦਰ ਨਾ ਪੈਂਦੀ ਪੈਸੇ ਬਿਨ ਬੰਦੇ ਦੀ ਕੰਨ ਲਾ ਕੇ ਸੁਣ ਲੈ ਮਿੱਤਰਾ ਗੱਲ ਤੇਰੇ ਚੰਗੇ ਦੀ ਨਿਆਰਾ ਹੀ ਆ ਜਾਂਦਾ ਸੱਚੀ ਗੱਲ ਆ ਰੂਹ ਹੀ ਖੁਸ਼ ਹੋ ਜਾਂਦੀ ਹੈ ਜਿਹੜਾ ਬੰਦਾ ਚੰਗਾ ਸੋਨਾ ਜਾਣਦਾ ਨਾ ਉਹਦੀ ਦਿਲ ਰੂਹ ਸਾਰੀ ਖੁਸ਼ ਹੋ ਜਾਂਦੀ ਹੈ ਗੀਤ ਸਰਚਾਂ ਲੋਕਾਂ ਨੇ ਆਪੇ ਮਾਰਨੀਆਂ ਅੱਗੇ ਵੀ ਮਾਰਦੇ ਆਏ ਯਾਰ ਬਿਲਕੁਲ ਵੀਰੇ ਲਾਸਟ ਦੇ ਵਿੱਚ ਲੋਕਾਂ ਦੇ ਲਈ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਲਈ ਵੀਰੇ ਆਪਾਂ ਚਲੋ ਬਾਹਲੇ ਵੱਡੇ ਤਾਂ ਹੈ ਨਹੀਂ ਮੇਰਾ ਤਾਂ ਇਹੀ ਹੁੰਦਾ ਵੀ ਨਾ ਇੱਕ ਤਾਂ ਆਪਣੇ ਮਾਂ ਬਾਪ ਦੀ ਸੇਵਾ ਕਰੋ ਜਿਹਨਾਂ ਤੋਂ ਆਪਾਂ ਨੂੰ ਸਾਰਾ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਪਹਿਲਾਂ ਗੁਰੂ ਮਾਂ ਹੁੰਦੀ ਹੈ ਜਿਹੜਾ ਬੰਦਾ ਆਪਦੀ ਮਾਂ ਦੀ ਕਦਰ ਨਹੀਂ ਨਾ ਕਰਦਾ ਜਿੱਥੇ ਮਰਜ਼ੀ ਤੀਰਥ ਸਥਾਨ 'ਤੇ ਜਿੱਥੇ ਮਰਜ਼ੀ ਚਲਾ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਾਂ ਬਾਪ ਦੀ ਸੇਵਾ ਕਰੋ ਉਹਨਾਂ ਦਾ ਕਹਿਣਾ ਮੰਨੋ ਜਿੱਥੇ ਉਹ ਕਹਿੰਦੇ ਆ ਉਹ ਉਵੇਂ ਕਰੋ ਫਿਰ ਰੱਬ ਤੁਹਾਡੇ ਨਾਲ ਖੜ ਜਾਂਦਾ ਅੱਗੇ ਇੱਦਾਂ ਵੀ ਤੂੰ ਜੋ ਕਰੇਗਾ ਵੀ ਉਹ ਤੇਰੀਆਂ ਪਾਉਂ ਬਾਰਾਂ ਹੀ ਆ ਵੀ ਲੈ ਤੇਰਾ ਫਤਿਹ ਹੀ ਆ ਕੰਮ ਸਾਰੇ ਜੇ ਬੰਦਾ ਮਾਂ ਬਾਪ ਦਾ ਕਹਿਣਾ ਮੰਨ ਮੇਰੀ ਇਹੀ ਆ ਸਾਰਿਆਂ ਨੂੰ ਬਸ ਮੇਰੀ ਬੇਨਤੀ ਹੈ ਬਾਕੀ ਮਨਿੰਦਰ ਬਾਈ ਦੇ ਵਿਚਾਰ ਲੈ ਲੈਂਦੇ ਆ ਬਾਈ ਚੌਕੀ ਬੈਠਾ ਰਿਹਾ ਵਾ ਟਾਈਮ ਦਾ ਮੈਂ ਤਾਂ ਬਈ ਇਹ ਕਹਿ ਹੁੰਦਾ ਵੀ ਮਿਊਜ਼ਿਕ ਬਾਰੇ ਥੋੜ੍ਹਾ ਜਿਹਾ ਵੀ ਆਪ ਥੋੜ੍ਹੀ ਅਸੀਂ ਆਪਦੀ ਵੀ ਕਰ ਲਈ ਹੈ ਨਾ ਲਾਈਨ ਦੀ ਗੱਲ ਕਿ ਮਿਊਜ਼ਿਕ ਥੋੜ੍ਹਾ ਜਿਹਾ ਜਿਵੇਂ ਹੁਣ ਚਲੋ ਹੁਣ ਤਾਂ ਅਸੀਂ ਕਾਫੀ ਫਰਕ ਪੈ ਗਿਆ ਅੱਗੇ ਨਾਲੋਂ ਵੀ ਹਥਿਆਰਾਂ ਵਾਲੇ ਗਾਣੇ ਹੁਣ ਤਾਂ ਘੱਟ ਗਏ ਆ ਥੋੜ੍ਹੇ ਹੁਣ ਤਾਂ ਰੋਮੈਂਟਿਕ ਜ਼ਿਆਦਾ ਹੋਣ ਲੱਗ ਗਿਆ ਪਰ ਫਿਰ ਵੀ ਜਿੰਨੇ ਵੀ ਕੀ ਮਤਲਬ ਹੈਗੇ ਆ ਥੋੜ੍ਹਾ ਜਿਹਾ ਚੰਗਾ ਮਿਊਜ਼ਿਕ ਚੰਗੇ ਲੋਕਾਂ ਨੂੰ ਸੁਣੀਏ ਚਲੋ ਆਪਾਂ ਉਹ ਵੀ ਸੁਣਦੇ ਹਾਂ ਜਿਹੜੇ ਅੱਜ ਕੱਲ੍ਹ ਆਉਂਦੇ ਉਹ ਵੀ ਸੁਣਨੇ ਹੀ ਪੈਂਦੇ ਆ ਨਾ ਪਰ ਥੋੜ੍ਹਾ ਜਿਹਾ ਪੁਰਾਣਾ ਵੀ ਨਾਲ ਨਾਲ ਚੱਲੀ ਜਾਵੇ ਤਾਂ ਥੋੜ੍ਹਾ ਜ਼ਿਆਦਾ ਵਧੀਆ ਵੀ ਪੁਰਾਣੀਆਂ ਚੀਜ਼ਾਂ ਨਾਲ ਉਹ ਆਪਣੇ ਜੁੜੇ ਰਹਿੰਦੇ ਆ ਸਾਰੰਗੀ ਆ ਤੁਹਾਡਾ ਇਹ ਆਪਣੇ ਆਪਣੀਆਂ ਰੂਹਾਂ ਜੁੜੀਆਂ ਰਹਿੰਦੀਆਂ ਬਿਲਕੁਲ ਹਾਂਜੀ ਭਾਈ ਸੋ ਜਾਂਦੇ ਜਾਂਦੇ ਇੱਕ ਅਲਵਿਦਾ ਸੌਂਗ ਤੇ ਉਸ ਤੋਂ ਬਾਅਦ ਇੱਕ ਨਾ ਸਬਰ ਬਾਈ ਦਾ ਲਿਖਿਆ ਗਾਣਾ ਜੁੱਸਾ ਹੈ ਜਵਾਨੀ ਦਾ ਫੁਕਾਰੇ ਮਾਰਾ ਵੀ ਨੌਜਵਾਨ ਪੀੜ੍ਹੀ ਲਈ ਆ ਤੇ ਉਹ ਗਾਣਾ ਗੱਭਰੂ ਸ਼ਕੀਨ ਨੇਰੀਆਂ ਨੂੰ ਫਾਲਦਾ ਰੰਗੇ ਸਚੜਿਆ ਕੇ ਹਾਣ ਪਾਲਦਾ ਰੰਗੇ ਸਚੜਿਆ ਕੇ ਹਾਣ ਪਾਲਦਾ ਗੱਭਰੂ ਸ਼ਕੀਨ ਨੇਰੀਆਂ ਨੂੰ ਫਾਲਦਾ ਉਹ ਡੱਗੀ ਉੱਤੇ ਕੋਈ ਵੀ ਨੀ ਸਾਡੇ ਨਾਲ ਦਾ ਚੰਗਾ ਸੁਣਨਾ ਚੰਗਾ ਬੋਲਣਾ ਰੂਹ ਦੀ ਖੁਰਾਕ ਹੀ ਨਹੀਂ ਚੰਗੀ ਜੀਵਨ ਦੇ ਲਈ ਵੱਧ ਉਮਰ ਦੇ ਲਈ ਬਹੁਤ ਲਾਭਦਾਇਕ ਹੁੰਦਾ ਸੋ ਦਰਸ਼ਕੋ ਇਹੋ ਜਿਹੀ ਗਾਇਕੀ ਇਹੋ ਜਿਹੇ ਇਨਸਾਨ ਇਹੋ ਜਿਹੇ ਸਾਜ਼ਾਂ ਨੂੰ ਸੁਣੀਏ ਜੋ ਆਪਣੀ ਰੂਹ ਦੀ ਤਾਜ਼ਗੀ ਲਈ ਸਦਾ ਕੰਮ ਕਰਨ ਸੋ ਮੈਂ ਤੁਹਾਡਾ ਛੋਟਾ ਵੀਰ ਸੁੱਖ ਗੁੱਲੇਵਾਲੀ ਇੱਦਾਂ ਦੇ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲਿਆਉਂਦਾ ਰਹਾਂਗਾ ਆਖਰ ਦੇ ਵਿੱਚ ਸਾਰਿਆਂ ਦਾ ਮੈਂ ਧੰਨਵਾਦ ਕਰਦਾ।